तो चलिए शुरू करते हैं। हाँ जी गाइस, की हाल चाल जी, ਤੁਹਾਡਾ ਸਵਾਗਤ ਹੈ ਸਾਡੇ ਆਪਣੇ YouTube ਚੈਨਲ ਤੇ। ਤੇ ਸਾਰੇ ਚੈਨਲ ਕਰੋ ਸਬਸਕ੍ਰਾਈਬ, ਲਾਈਕ, ਕਮੈਂਟ ਕਰਨਾ ਨਾ ਭੁੱਲਿਓ। ਤੇ ਗੱਲ ਇਦਾਂ ਵਾ, ਅੱਜ ਮੌਸਮ ਪੂਰਾ ਘੈਂਟ ਬਣਿਆ ਜੀ, ਵੇਖੋ ਮੇਰੇ ਸਾਦੇ ਜੇ। ਅਤੇ ਕਮੈਂਟਾਂ ਵਿੱਚ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਅਤੇ ਕਿੱਥੇ ਕਿੱਥੇ ਗਲੇ ਪਏ ਆ, ਅਤੇ ਠੰਡ ਦਾ ਕੀ ਮਾਹੌਲ ਆ। ਬਾਕੀ ਮੌਸਮ ਵਾਲੀ ਤਾਂ ਪੂਰੀ ਐਂਡ ਹੋਈ ਪਈ ਆ ਜੀ ਸਾਡੇ ਪਿੰਡ ਦਾ। ਕਹਿੰਦਾ ਕਿ ਅੱਜ ਕੁਛ ਸਪੈਸ਼ਲ ਨਾ ਬਣਾ ਕੇ ਖਾਧਾ ਜਾਵੇ, ਕਿਉਂਕਿ ਮੌਸਮ ਦੇ ਹਿਸਾਬ ਨਾਲ ਕੁਛ ਸਪੈਸ਼ਲ ਬਣਨਾ ਚਾਹੀਦਾ ਵਾ, ਅਤੇ ਖਾਣਾ ਹੀ ਚਾਹੀਦਾ ਵਾ। ਪੂਰਾ ਐਂਡ ਮੌਸਮ ਹੈ ਜੀ ਸਾਦੇ ਜੇ। ਵਿਊ ਤਾਂ ਪੂਰੀਆਂ ਕਾਹਨੂੰ ਗੱਲਾਂ ਕਰਾਉਂਦਿਆਂ ਉਹਦੇ ਜੀ ਨਹੀਂ। ਬਾਕੀ ਅੱਗੇ ਬਲੌਗ ਦਾ ਵੇਖਿਓ, ਪੂਰਾ ਵੇਖੋ ਅਤੇ ਤੁਹਾਨੂੰ ਪਤਾ ਲੱਗੂਗਾ ਕੀ ਬਣਨ ਲੱਗਾ ਵਾ। ਅਤੇ ਬਾਕੀ ਚੱਲ ਹਾਂਜੀ ਲਓ ਜੀ ਗਾਈਸ, ਹੁਣ ਅਸੀਂ ਕਰਨ ਜਾ ਰਹੇ ਹਾਂ ਆਪਣਾ ਜੋ ਵੀ ਬਣਾਉਣਾ ਵਾ ਆਪਾਂ ਦਾ ਕਾਰਵਾਈ। ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ। ਵਲੌਗ ਵੇਖ ਲੈਂਦੇ ਆ ਸਾਰੇ ਜਣੇ, ਪਰ ਕਮੈਂਟ ਕਰਕੇ ਦੱਸਦੇ ਨਹੀਂ ਆ ਕਿੱਦਾਂ ਦਾ ਲੱਗਾ ਕਿੱਦਾਂ ਦਾ। ਬਾਕੀ ਚਲੋ ਕੋਈ ਗੱਲ ਨਹੀਂ, ਕੰਟਰੋਲ ਕੰਟਰੋਲ ਅਵੇ ਛਾਡੀ ਕੁੜੀ ਬੜਾ ਸਤਾਉਂਦੀ ਆ, ਇਹ ਵਿੱਚ ਵਿੱਚ ਨਾ ਬਹੁਤਾ ਹੀ ਜ਼ਿਆਦਾ ਸਤਾਉਂਦੀ ਆ, ਪਕੌੜੇ ਮੰਗੀ ਜਾਂਦੀ ਆ। ਅੱਛਾ ਘਰੇ ਪਰ ਚੰਗੀ ਤਰ੍ਹਾਂ ਨਹੀਂ ਬਣੇ, ਮੈਂ ਹੁਣੇ ਹੱਥ ਹੁੱਥ ਧੋ ਕੇ ਹਟਿਆ ਵਾਂ, ਅਤੇ ਇਹ ਸਤਾਈ ਜਾਂਦੀ ਆ। ਅਤੇ ਮੈਂ ਫਿਰ ਮੰਮੀ ਨੂੰ ਕਿਹਾ ਕਿ ਚੱਲ ਤੁਸੀਂ ਮਾੜਾ ਕਹਾ ਕਰੋ ਅਤੇ ਮੈਂ ਬਲੌਗ ਦੇ ਦੋ ਸ਼ੋਟ ਲੈਣਾ। ਇਹ ਬਾਬੂ ਰਾਓ ਕਾ ਸਟਾਈਲ ਹੈ ਤੁਲੇ, ਤੁਸੀਂ ਬਾਕੀ ਵੀ ਇਹੀ ਸਾਦੇ ਜੇ। ਕ੍ਰਿਸਟੀ ਕ੍ਰਿਸਟੀ ਲਓ ਜੀ, ਸਾਡੀ ਕ੍ਰਿਸਟੀ ਵੀ ਦਈ ਜੇ, ਆਪਣਾ ਹਿੱਸਾ ਪਾਉਣ ਪਕੌੜਿਆਂ 'ਚ। ਕ੍ਰਿਸਟੀ ਇੱਧਰ ਵੇਖ, ਇੱਧਰ ਹੈ, ਤੁਸੀਂ ਪਕੌੜੇ ਬਣਾਉਣੇ ਆ ਹੈ, ਤੁਸੀਂ ਬਣਾਉਣੇ ਪਕੌੜੇ। ਲਓ ਜੀ ਗਾਈਸ, ਪਹਿਲੇ ਆਪਾਂ ਕੱਚੇ ਕੱਢ ਕੇ ਰੱਖੇ ਸੀ ਪਕੌੜੇ, ਹੁਣ ਆਪਾਂ ਡਬਲ ਵਾਰੀ ਕਰ ਲੈਂਦੇ ਹਾਂ, ਦੋ ਵਾਰੀ ਕਰ ਲੈਂਦੇ ਹਾਂ। ਤਾਂ ਹੁਣ ਵੇਖੋ ਪਹਿਲੇ ਵਾਲੇ 'ਚ ਫਰਕ ਵੇਖੋ, ਅਤੇ ਬਾਕੀ ਤੁਹਾਨੂੰ ਖਾਣ ਵੇਲੇ ਦੱਸਾਂਗੇ ਕੀ ਟੇਸਟ ਆ। ਅਤੇ ਚਾਹ ਦੀ ਪੂਰੀ ਫੁੱਲ ਤਿਆਰੀ ਹੁੰਦੀ ਆ। ਹਾਂਜੀ ਗਾਈਸ, ਲਓ ਜੀ ਬਣ ਚੁੱਕੇ ਸਾਡੇ ਪਕੌੜੇ, ਅਤੇ ਸਾਡੀ ਚਟਨੀ ਅਤੇ ਸਾਡੀ ਚਾਹ। ਕਿਹਦਾ ਕਿਹਦਾ ਦਿਲ ਕਰ ਰਿਹਾ ਜੀ ਦੇਖ ਕੇ ਖਾਣ ਨੂੰ। ਮਸਤ ਜੋਕ ਮਾਰਾ ਰੇ, ਯਾ ਹੱਸ ਰਿਹਾ ਹਲਕਟ ਹੱਸ।
ਚਲੋ ਠੀਕ ਹੈ ਜੀ, ਅਸੀਂ ਤਾਂ ਖਾਂਦੇ ਹਾਂ ਪਕੌੜੇ, ਤਾਂ ਤੁਸੀਂ ਵੇਖੋ ਸਾਡਾ ਵਲੌਗ ਖਤਮ। ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।